ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਪੰਜਾਬ ਵਿੱਚ ਹੜ੍ਹ ਕਰਕੇ ਪੰਜਾਬ ਦੇ ਜਿਨ੍ਹਾਂ ਇਲਾਕਿਆਂ 'ਚ ਪਾਣੀ ਉੱਚਾ ਸੀ ਉਸ ਸਮੇਂ ਪੰਜਾਬ ਦੇ ਲੀਡਰ ਗਾਇਬ ਸਨ ਅਤੇ ਸਮਾਜ ਸੇਵੀ ਅੱਗੇ ਸਨ, ਪਰ ਹੁਣ ਜਿਉਂ ਜਿਉਂ ਪਾਣੀ ਘੱਟਦਾ ਜਾ ਰਿਹਾ ਤਿਉਂ ਤੋਂ ਲੀਡਰ ਵੀ ਬਾਹਰ ਨਿਕਲਦੇ ਦਿਖਾਈ ਦੇ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਹੁਣ ਬਾਹਰ ਨਿਕਲੇ ਨੇ। ਉਹਨਾਂ ਨੇ ਸੁਲਤਾਨਪੁਰ ਲੋਧੀ ਵਿੱਚ ਹੜ੍ਹ ਪੀੜਤਾਂ ਨੂੰ ਕੁਝ ਰਾਹਤ ਸਮੱਗਰੀ ਵੀ ਦਿੱਤੀ ਅਤੇ ਉੱਥੇ ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਫਤਾਂ ਕਰਦੇ ਦਿਖਾਈ ਦਿੱਤੇ। ਸਾਰਿਆਂ ਤੋਂ ਪੁੱਛ ਗਿੱਛ ਕਰਦੇ ਵੀ ਕਿਹੜੀ ਡਰੇਨ, ਕਿਹੜਾ ਬਾਗ, ਕੀ ਕੰਮ, ਕਿੰਨਾ ਤੁਹਾਡਾ ਖਰਚਾ ਹੋਊਗਾ, ਤੇ 3 ਮਹੀਨੇ ਪਹਿਲੇ ਸਾਰੇ ਡੀਸੀ ਤਾਂ ਪੈਸੇ ਪਹੁੰਚਾ ਦਿੱਤੇ ਜਾਂਦੇ ਸੀ ਤਾਂ ਕਿ ਉਹ ਆਪਣਾ ਕੰਮ ਕਾਜ ਕਰ ਲੈਣ, ਤਾਂ ਕਿ ਇੰਨਾ ਮੀਂਹ ਪਏਗਾ ਵੀ, ਲੇਕਿਨ ਇਹੋ ਜਿਹਾ ਨੁਕਸਾਨ ਕਦੇ ਕਦੇ ਹੋਇਆ ਨਹੀਂ। ਲੇਕਿਨ ਅਫਸੋਸ ਦੀ ਗੱਲ ਕੀ, ਪਿਛਲੇ 2.5 ਸਾਲਾਂ ਤੋਂ ਇਹ ਤੀਜੀ ਮੀਂਹ ਦਾ ਸੀਜ਼ਨ ਆਇਆ ਹੈ, ਲੇਕਿਨ ਇੱਕ ਵੀ ਪਿੰਡ 'ਚ ਕੋਈ ਡਰੇਨ ਸਾਫ਼ ਕਰਨ ਵਾਸਤੇ ਜਾਂ ਬੰਨ ਮਜ਼ਬੂਤ ਕਰਨ ਵਾਸਤੇ। ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਵੀ ਦਿੱਤੀ ਕਿ ਜੋ ਪੰਜਾਬ ਸਰਕਾਰ ਕੋਲ ਪੌਣੇ 500 ਕਰੋੜ ਰੁਪਏ ਪਏ ਨੇ ਪਹਿਲਾਂ ਉਹ ਵਰਤਣ, ਉਸ ਤੋਂ ਬਾਅਦ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਫੰਡ ਮੰਗਣ ਜਾਣ। ਕੇਂਦਰ ਦੀ ਸਰਕਾਰ ਵੱਲੋਂ ਤਕਰੀਬਨ 500 ਕਰੋੜ ਸੂਬੇ ਦੇ ਸਰਕਾਰ ਦੇ ਕੋਲ ਪੈਸੇ ਪਏ ਹੋਏ ਨੇ। ਮੈਂ ਤੁਹਾਡੇ ਤਰ੍ਹਾਂ ਸੂਬੇ ਦੀ ਸਰਕਾਰ ਨੂੰ ਆਹੀ ਬੇਨਤੀ ਕਰਾਂਗੀ ਕਿ ਜਲਦ ਤੋਂ ਜਲਦ ਤੁਸੀਂ ਇਹ ਤਕਰੀਬਨ 500 ਕਰੋੜ ਰੁਪਏ ਤੁਸੀਂ ਖਰਚੋ, ਲੋਕਾਂ ਤਾਈਂ ਪਹੁੰਚ ਕਰੋ, ਉਹਨਾਂ ਦੀ ਤਕਲੀਫਾਂ ਨੂੰ ਹੱਲ ਕਰਨ ਵਾਸਤੇ ਜੋ ਖਰਚਾ ਹੁੰਦਾ ਤੁਹਾਡੇ ਕੋਲ ਪੈਸੇ ਪਏ ਨੇ, ਆਪਾਂ ਨੇ 500 ਕਰੋੜ ਲੋਕਾਂ ਦੇ ਵਿੱਚ ਜਾ ਕੇ ਵੰਡੋ, ਤੇ ਉਹਦੇ ਬਾਅਦ ਤੁਹਾਨੂੰ ਜਿਹੜੇ ਪੈਸਿਆਂ ਦੀ ਲੋੜ ਹੋਊਗੀ ਜਾ ਕੇ ਦਿੱਲੀ ਜਲਦੀ ਆਪਣੇ ਨਿੱਜੀ ਹਿੱਤਾਂ ਵਾਸਤੇ ਤੁਸੀਂ ਗੇੜੇ ਲਾਉਣ ਦਿਓ, ਅੱਜ ਲੋਕਾਂ ਦੇ ਹਿੱਤਾਂ ਵਾਸਤੇ ਵੀ ਜਾ ਕੇ ਉੱਥੇ ਆਪਣੀ ਮੰਗ ਰੱਖੋ, ਆ ਤੁਹਾਡੀ ਪੰਜਾਬ ਦੀ ਵੀ ਤੁਹਾਡੇ ਨਾਲ ਖੜ ਕੇ ਆਪਣੇ ਲੋਕਾਂ ਵਾਸਤੇ ਮੰਗ ਮੰਗਣ ਵਾਸਤੇ ਪੂਰਾ ਪੂਰਾ ਜ਼ੋਰ। ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਦੇ ਉਹਨਾਂ ਲੀਡਰਾਂ ਨੂੰ ਵੀ ਇਸ ਹੜ੍ਹਾਂ ਦੀਆਂ ਜ਼ਿੰਮੇਵਾਰ ਦੱਸਿਆ ਜੋ ਕਿ ਨਜਾਇਜ਼ ਮਾਈਨਿੰਗ ਕਰਦੇ ਨੇ। ਉਹਨਾਂ ਦਾ ਕਹਿਣਾ ਕਿ ਇੱਕ ਮੰਤਰੀ ਨੂੰ ਤਾਂ ਨਜਾਇਜ਼ ਮਾਈਨਿੰਗ ਕਰਕੇ ਅਸਤੀਫਾ ਵੀ ਦੇਣਾ ਪਿਆ ਸੀ। ਸਾਰਾ ਕੁਝ ਆਪਾਂ ਇਕੱਲੇ ਕੁਦਰਤ ਦੇ ਕਹਿਰ ਦੇ ਉੱਤੇ ਨਹੀਂ ਆਪਾਂ ਥੋਪ ਸਕਦੇ, ਕਿਉਂਕਿ ਜਿਹੜੀ ਇਹ ਸਰਕਾਰ ਦੇ ਲੋਕੀ ਵੱਡੇ ਵੱਡੇ ਮੰਤਰੀ ਇਲੀਗਲ ਮਾਈਨਿੰਗ ਕਰਕੇ ਰੇਤਾ ਦੇ ਖੱਡਿਆਂ ਦੇ ਉੱਤੇ ਆਪ ਦੀ ਜੇਬਾਂ ਭਰਨ ਦਾ ਕੰਮ ਕਰ ਰਹੇ ਨੇ, ਜਿਸ ਕਾਰਨ ਅੱਜ ਵੱਡਾ ਨੁਕਸਾਨ ਵੱਡੇ ਪੱਧਰ 'ਚ ਹੋਇਆ, ਕਿਉਂਕਿ ਸੂਬੇ ਦੇ ਮੁੱਖ ਮੰਤਰੀ ਤੇ ਸਰਕਾਰ ਨੇ ਇਹ ਨਜਾਇਜ਼ ਮਾਈਨਿੰਗ ਨੂੰ ਰੋਕਣ ਵਾਸਤੇ ਇੱਕ ਉਂਗਲ ਨਹੀਂ ਉਠਾਈ। ਇਹ ਕਿਵੇਂ ਭੁੱਲ ਸਕਦੇ ਆ ਕਿ ਇਹਨਾਂ ਦੇ ਇੱਕ ਮੰਤਰੀ ਨੂੰ ਕੱਢਣਾ ਪਿਆ ਕਿਉਂਕਿ ਉਹ ਇਲੀਗਲ ਮਾਈਨਿੰਗ ਕਰ ਰਿਹਾ ਸੀ, ਨਾਲ ਦੇ ਤੁਹਾਡੇ ਸ਼ਾਹਕੋਟ ਦੇ ਐਮਐਲਏ ਦੇ ਉੱਤੇ ਜਿਹੜੇ ਵਿਚਾਰੇ SHO ਨੇ ਇਲਜ਼ਾਮ ਲਾਇਆ, SHO ਨੂੰ ਤਾਂ ਕੱਢਤਾ, ਲੇਕਿਨ ਉਹ ਇਲੀਗਲ ਮਾਈਨ ਅੱਜ ਤਾਈਂ ਚੱਲਦੀ ਰਹੀ ਹੈ, ਜਿਹਦੇ ਕਰਕੇ ਸਾਡੇ ਬੰਨ ਇੰਨੇ ਕਮਜ਼ੋਰ ਹੋ ਗਏ ਕਿ ਅੱਜ ਲੋਕਾਂ ਨੂੰ ਇਹਨਾਂ ਔਖਿਆਈਆਂ ਦਾ ਸਾਹਮਣਾ ਵੀ ਉਹਨਾਂ ਦਾ ਸਭ ਕੁਛ ਰੁਲ ਗਿਆ, ਕਿਉਂਕਿ ਸੂਬੇ ਦੇ ਸਰਕਾਰ ਦੇ ਚੰਦ ਲੋਕੀ ਪੈਸੇ ਕਮਾਉਣ 'ਚ ਲੱਗੇ ਹੋਏ ਨੇ ਤੇ ਉਹਨਾਂ ਦੇ ਉੱਤੇ ਕੋਈ ਰੋਕ ਟੋਕ ਨਹੀਂ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮਾਈਨਿੰਗ ਨੂੰ ਲੈ ਕੇ ਬਹੁਤ ਕੁਝ ਕਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਆਪ ਮਿਲ ਕੇ ਨਜਾਇਜ਼ ਮਾਈਨਿੰਗ ਕਰਵਾਉਂਦੀ ਹੈ, ਜਿਸ ਦੇ ਨਾਲ ਦਰਿਆਵਾਂ ਦਾ ਕੁਦਰਤੀ ਬਹਾਅ ਖਰਾਬ ਹੋ ਜਾਂਦਾ ਅਤੇ ਹੜ੍ਹਾਂ ਦੀ ਸਥਿਤੀ ਬਣ ਜਾਂਦੀ ਹੈ। ਪਰ ਹੁਣ ਬਠਿੰਡਾ ਤੋਂ ਸੰਸਦ ਮੈਂਬਰ ਹੜ੍ਹ ਪੀੜਤ ਇਲਾਕੇ ਵਿੱਚ ਪਹੁੰਚਿਆ ਅਤੇ ਕੁਝ ਰਾਹਤ ਸਮੱਗਰੀ ਹੜ੍ਹ ਪੀੜਤਾਂ ਨੂੰ ਵੰਡੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੁਝ ਫੂਡ ਪ੍ਰੋਸੈਸਿੰਗ ਕੰਪਨੀ ਨੂੰ ਬੇਨਤੀ ਕੀਤੀ ਸੀ ਕਿ ਹੜ੍ਹ ਪੀੜਤ ਲੋਕਾਂ ਨੂੰ ਰਾਸ਼ਨ ਵੰਡਿਆ ਜਾਣਾ ਚਾਹੀਦਾ ਹੈ। ਕੁਝ ਕੰਪਨੀ ਨੇ ਉਹਨਾਂ ਦੀ ਬੇਨਤੀ ਸਵੀਕਾਰ ਕੀਤੀ ਹੈ, ਜਿਸ ਦਾ ਰਾਸ਼ਨ ਬੰਨਾ ਹਰਸਿਮਰਤ ਕੌਰ ਬਾਦਲ ਆਪ ਆਏ ਨੇ। ਪਰ ਜੋ ਵੀ ਲੀਡਰ ਹੜ੍ਹ ਪੀੜਤਾਂ ਨੂੰ ਰਾਸ਼ਨ ਦੇਣ ਆਉਂਦਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਜ਼ਰੂਰ ਬਣਾਉਂਦਾ ਹੈ, ਕਿਉਂਕਿ ਉਹਨਾਂ ਦਾ ਕਹਿਣਾ ਕਿ ਜੇਕਰ ਬਚਾਅ ਕਾਰਜ ਪਹਿਲਾਂ ਕੀਤੇ ਹੁੰਦੇ ਤਾਂ ਇੰਨਾ ਨੁਕਸਾਨ ਨਹੀਂ ਹੋਣਾ ਸੀ। ਪਰ ਸਾਧੂ ਸਿੰਘ ਧਰਮਸੋਤ ਦਾ ਕਹਿਣਾ ਕਿ ਸਾਨੂੰ ਖੁਸ਼ੀ ਹੈ, ਜਿੰਨਾ ਨੁਕਸਾਨ ਹੋਣਾ ਚਾਹੀਦਾ ਸੀ ਉਹਨਾਂ ਨੁਕਸਾਨ ਨਹੀਂ ਹੋਇਆ। ਜਿਉਂ ਜਿਉਂ ਹੜ੍ਹ ਦਾ ਪਾਣੀ ਨੀਚੇ ਜਾ ਰਿਹਾ ਤਿਉਂ ਤਿਉਂ ਲੀਡਰ ਬਾਹਰ ਨਿਕਲਦੇ ਦਿਖਾਈ ਦੇ ਰਹੇ ਨੇ।
ਹੁਣ ਇੱਕ ਸਵਾਲ ਅਸੀਂ ਸਾਰੇ ਦਰਸ਼ਕਾਂ ਤੋਂ ਪੁੱਛਦੇ ਹਾਂ ਕਿ ਕੀ ਤੁਸੀਂ ਹਰਸਿਮਰਤ ਕੌਰ ਬਾਦਲ ਦੀ ਇਸ ਗੱਲ ਨਾਲ ਸਹਿਮਤ ਹੋ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਚਾਅ ਕਾਰਜ ਨਹੀਂ ਕੀਤੇ ਗਏ, ਇਸ ਕਰਕੇ ਇੰਨਾ ਨੁਕਸਾਨ ਹੋਇਆ ਹੈ? ਇਸ ਬਾਰੇ ਤੁਹਾਡੇ ਜੋ ਵੀ ਵਿਚਾਰ ਨੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਮੈਂ ਗੁਰਦੀਪ ਸਿੰਘ ਫਿਰ ਹਾਜ਼ਰ ਹੋਵਾਂਗਾ, ਤੁਸੀਂ ਬਣੇ ਰਹੋ ਰੇਜ਼ਿੰਗ ਵੌਇਸ ਦੇ ਨਾਲ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।